ਉਹ ਆਇਆ ਤੇ ਮੈਂ ਬਹਿ ਗਈ ਉਹਨੇ ਪਾਇਆ ਤੇ ਮੈਂ ਸਹਿ ਗਈ ਉਹ ਪਾ ਕੇ ਤੁਰ ਗਿਆ ਤੇ ਮੈਂ ਹੱਥ ਲਾ ਲਾ ਵੇਖ ਤੇ ਖੁਸ਼ ਵੀ ਹੋਵਾਂ ਅਲਹਮਦੁਲਿਲਾ ਜਨ ਨਜ਼ਰ ਨਹੀਂ ਲੱਗੇਗੀ ਇਹ ਮਰਾਸੀਆਂ ਦੀ ਇਹਦੇ ਚ ਕੀ ਪਾਇਆ ਇਹਦੇ ਚ ਇਮਰਾਨ ਖਾਨ ਨੂੰ ਪਾਇਆ ਬੇਗਮ ਦੇ ਦੁਪੱਟੇ ਨਾਲ ਹੱਥ ਸਾਫ਼ ਕਰਨਾ ਮੁਹੱਬਤ ਹੈ ਬਦਤਮੀਜ਼ੀ ਪਹਿਲੀ ਤਾਂ ਗੱਲ ਬੇਗਮ ਹੈ ਹੀ ਨਹੀਂ ਇਹ ਬੇਗਮ ਨਾਲ ਹੀ ਹੱਥ ਸਾਫ਼ ਕੀਤੇ ਜਾ ਰਹੇ ਬੇਗਮ ਦੇ ਦੁਪੱਟੇ ਨਾਲ ਹੱਥ ਸਾਫ਼ ਕਰਨਾ ਇਹ ਬਦਤਮੀਜ਼ੀ ਹੈਗੀ ਹੈ ਕਿ ਪਿਆਰ ਨਹੀਂ ਨਹੀਂ ਸਵਾਬ ਹੈਗਾ ਮੈਂ ਆਪਣੀ ਬੇਗਮ ਦੇ ਪੈਰ ਦਬਾ ਕੇ ਸੁਣਨਾ ਮਾਰਾ ਤੇ ਲਗਾ ਭੁੰਡੀ ਕਰਨ ਆਏ ਤਿਆਰੀਆਂ ਕਰ ਰਹੇ ਭੁੰਡੀ ਸਾਰੀ ਲਵਾਵਿਆ ਕਰਨ ਆਂਦੀ ਅਸੀਂ ਕਾਲਾਂ ਦੇ ਕੀ ਹੋਏਗਾ ਰਨ ਮਰੀਦ ਹੁੰਦੇ ਹੋ ਆਹੋ ਸਭ ਤੋਂ ਵੱਡਾ ਮੈਂ ਕਹਿੰਦਾ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਬੇਗਮ ਦੇ ਦੁਪੱਟੇ ਨਾਲ ਹੱਥ ਸਾਫ਼ ਕਰਨਾ ਬਦਤਮੀਜ਼ੀ ਹੁੰਦੀ ਮੁਹੱਬਤ ਜਿੰਨਾ ਘੱਟ ਟਿਸ਼ੂ ਨਹੀਂ ਹੁੰਦੇ ਅਸਲ ਹੀ ਕਰਦੇ ਆ ਸਾਹਿਬ ਮੇਰਾ ਸਾਥ ਪਤਾ ਲੱਗਿਆ ਉਹ ਕਹਿੰਦਾ ਮੇਰੇ ਨਾਲ ਪਹਿਲੋਂ ਦੋ ਦੋ ਕੁੜੀਆਂ ਹੁੰਦੀਆਂ ਏ ਤੇ ਹੁਣ ਮੈਨੂੰ ਕੋਈ ਲੰਗੜਾ ਖੁਸਰਾ ਵੀ ਨਹੀਂ ਲੱਭਦਾ ਉਹ ਆਇਆ ਤੇ ਮੈਂ ਬਹਿ ਗਿਆ ਉਹਨੇ ਪਾਇਆ ਤਾਂ ਮੈਂ ਸਹਿ ਗਈ ਓ ਨੋ ਮੈਂ ਬੋਲੀ ਤੇ ਮੈਂ ਭੌਂਕਣਾ ਹੀ ਕੁੱਤੇ ਆਂ ਮੈਂ ਤੁਹਾਡੀ ਹੋਸਟਲ ਲੈਲਾ ਜੱਟੀ ਤੇ ਮੇਰਾ ਗਲਾ ਥੋੜਾ ਜਿਹਾ ਖਰਾਬ ਹੈ ਤੇ ਕੋਈ ਗੱਲ ਨਹੀਂ ਆਪਾਂ ਲੋਕਾਂ ਕੋਲ ਸਾਲ ਹੋ ਜਾਂਗੇ ਮੈਂ ਇੰਡੀਆ ਦੇ ਫੈਨ ਨੇ ਮੈਨੂੰ ਨਾ 5 ਮਹੀਨੇ ਤੋਂ ਨਾ ਇੰਨੇ ਕੁ ਮੈਸੇਜ ਕੀਤੇ ਕਿ ਤੂੰ ਨਾ ਜਿਹੜਾ ਮੈਂ ਸਵਾਲ ਕਰ ਰਿਹਾ ਉਹ ਪੁੱਛਣਾ ਅਤੇ ਅੱਜ ਉਹਦਾ ਸਵਾਲ ਮੈਂ ਨਾ ਪੁੱਛਾਂਗੀ ਲੋਕਾਂ ਕੋਲੋਂ ਚਲੋ ਆਓ ਇਹ ਦੇਖਿਆ ਕਿੰਨੇ ਸਾਰੇ ਮੁੰਡੇ ਨੇ ਖੜੇ ਪਰ ਸਭ ਮੇਰੇ ਤੋਂ ਡਰਦੇ ਨੇ ਨਹੀਂ ਨਹੀਂ ਅਸੀਂ ਤੁਹਾਨੂੰ ਵੇਖਿਆ ਬੜਾ ਤੁਸੀਂ ਡਰਦੇ ਨਹੀਂ ਹੋ ਮੇਰੇ ਤੋਂ ਮੈਂ ਕਿਉਂ ਡਰਨਾ ਤੁਸੀਂ ਅੱਲਾ ਨਹੀਂ ਨਹੀਂ ਮੈਂ ਨਹੀਂ ਜਿੰਨ ਪਰ ਮੈਂ ਅੱਜ ਅੱਜ ਮੈਂ ਅੱਜ ਮੈਂ ਕੋਸ਼ਿਸ਼ ਕੀਤੀ ਮੈਂ ਜਿੰਨ ਲੱਗਾ ਅੱਛਾ ਅੱਛਾ ਵਾਕਈ ਲੱਗ ਰਹੇ ਹੋ ਅਲਹਮਦੁਲਿਲਾ ਜਨ ਨਜ਼ਰ ਨਹੀਂ ਲੱਗੇਗੀ ਇਹ ਮਰਾਸੀਆਂ ਦੀ ਇਹ ਸਾਨੂੰ ਸਾਰੇ ਹੀ ਕਹਿੰਦੇ ਨੇ ਕੋਈ ਨਵਾਂ ਲਫ਼ਜ਼ ਇਸਤੇਮਾਲ ਕਰੋ ਨਵਾਂ ਲਫ਼ਜ਼ ਯਾ ਨਵਾਂ ਲਫ਼ਜ਼ ਇਸਤੇਮਾਲ ਕਰੋ ਕਿਹੜਾ ਮਰਜ਼ੀ ਸਮਝ ਲਓ ਮੈਨੂੰ ਇਹ ਦੱਸੋ ਕਿ ਇੱਕ ਵਾਰੀ ਫੇਰ ਸੋਚ ਇੱਕ ਵਾਰੀ ਫੇਰ ਅੱਛਾ ਮੈਂ ਬਿਸਤੀ ਨਹੀਂ ਹੋ ਰਹੀ ਅੱਛਾ ਚਲੋ ਹੁਣ ਕਹਿ ਦੱਸ ਲਓ ਅੱਛਾ ਮੈਂ ਸਵਾਲ ਦਾ ਜਵਾਬ ਦੋ ਨਹੀਂ ਮੈਂ ਪਿਆਸੀ ਆ ਮੈਂ ਪਾਣੀ ਪੀਵਾਂ ਨਹੀਂ 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 ਆ ਸ਼ੁਕਰ ਹੈ ਮੈਂ ਪਾਣੀ ਘਰੋਂ ਪੀ ਕੇ ਆਈ ਅੱਛਾ ਅੱਛਾ ਇੱਥੋਂ ਵੀ 30 ਰੁਪਏ ਭਰ ਲਓ ਤੇ ਇੱਥੋਂ ਵੀ ਪੀ ਲਓ ਕੁਝ ਨਹੀਂ ਹੁੰਦਾ ਮੈਂ 30 ਰੁਪਏ ਭਰਾਂ ਮੈਂ ਗਲਾਸ 'ਚ ਪਾਣੀ ਭਰਾਂਗੀ ਮੈਂ ਪਾਗਲ ਹਾਂ 30 ਰੁਪਏ ਭਰ ਕੇ ਪਿਆ ਤੇ ਮੁੱਲ ਲੈ ਕੇ ਪੀ ਲਓ ਨਾ ਪਾਣੀ ਅੱਛੇ ਵਾਲਾ ਪੀ ਲਓ ਨਹੀਂ ਨਹੀਂ ਮੈਨੂੰ ਫ੍ਰੀ ਮਿਲ ਜਾਂਦਾ ਮੈਨੂੰ ਕੀ ਜ਼ਰੂਰਤ ਲੈ ਕੇ ਪੀ ਅੱਛਾ ਚਲੋ ਫੈਨ ਵੀ ਹੁੰਦੇ ਨਾ ਸਰ ਓ ਹੋ ਹੋ ਕੀ ਆਪ ਹਾਂਜੀ ਅੱਛਾ ਮੈਨੂੰ ਇਹ ਦੱਸੋ ਬੇਗਮ ਦੇ ਦੁਪੱਟੇ ਨਾਲ ਹੱਥ ਸਾਫ਼ ਕਰਨਾ ਇਹ ਬਦਤਮੀਜ਼ੀ ਹੈਗੀ ਹੈ ਕਿ ਪਿਆਰ ਨਹੀਂ ਨਹੀਂ ਸਵਾਬ ਹੈਗਾ ਨਹੀਂ ਸਵਾਬ ਹੈਗਾ ਮੈਂ ਤਾਂ ਸੁਣਿਆ ਰਿਜ਼ਕ ਘਟਦਾ ਦੁਪੱਟੇ ਨਾਲ ਮੈਂ ਆਪਣੀ ਬੇਗਮ ਦੇ ਪੈਰ ਦਬਾ ਕੇ ਸੁਣਨਾ ਮਰਾ ਤੇ ਤੇਰੀ ਬੇਗਮ ਹੈ ਸੀ ਓ ਆਓ ਬੱਚੇ ਵੀ ਲਾ ਇੱਕ ਬੇਟਾ ਹੈ ਮੇਰਾ ਮਾਸ਼ਾਅੱਲਾ ਜਜ਼ਾਕ ਅੱਲਾ ਉਹ ਜਜ਼ਾਕ ਅੱਲਾ ਨਹੀਂ ਸੀ ਕਹਿਣਾ ਅੱਛਾ ਹੋਰ ਕੀ ਕਹਿਣਾ ਅੱਛਾ ਦੱਸੋ ਨਾ ਮਤਲਬ ਇੱਕ ਦੱਸੋ ਬਦਤਮੀਜ਼ੀ ਕਹਿ ਸਕਦੇ ਹੋ ਜਾਂ ਪਿਆਰ ਪਿਆਰ ਹੁੰਦਾ ਹੈ ਬਦਤਮੀਜ਼ੀ ਨਹੀਂ ਹੁੰਦੀ ਬਦਤਮੀਜ਼ੀ ਕਾਦੀ ਉਹ ਜਿਹੜੇ ਗਾਲਾਂ ਕੱਢੇਗੀ ਫਿਰ ਬਦਤਮੀਜ਼ੀ ਹੈ ਨਾ ਕਦੇ ਪਈ ਹੋਏ ਗਾਲ ਉਹ ਮੈਨੂੰ ਤਕਰੀਬਨ ਦਿਨ ਦੇ ਵਿੱਚ 34-35 ਪੈ ਜਾਂਦੀਆਂ ਨੇ ਤੇ ਵੈਸੇ ਪਿਆਰ ਵੀ ਬਹੁਤ ਹੈਗਾ ਤਾਂ ਕੋਈ 36-37 ਤੁਸੀਂ ਵੀ ਮਾਰ ਨਹੀਂ ਮੈਂ ਮੇਰੀ ਜ਼ਰੂਰਤ ਹੈਗੀ ਹੈ ਜ਼ਰੂਰਤ ਮੇਰੀ ਹੈ ਨਹੀਂ ਕਿ ਉਹਨੂੰ ਮੈਂ ਰਨ ਮਰੀਦ ਹੁੰਦੇ ਹੋ ਆਹੋ ਸਭ ਤੋਂ ਵੱਡਾ ਮੈਂ ਕਹਿੰਦਾ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਰਨ ਮਰੀਦ ਆਹੋ ਸਭ ਤੋਂ ਵੱਡਾ ਲੱਗ ਵੀ ਰਿਹਾ ਚਲੋ ਤੁਸੀਂ ਰਨ ਮਰੀਦੀ ਕਰੋ ਤੁਸੀਂ ਇੱਥੇ ਆ ਕੇ ਕੀ ਕਰ ਰਹੇ ਇੰਟਰਵਿਊ ਕਰ ਅਸੀਂ ਇੱਕ ਹੋਰ ਰਨ ਲੱਭ ਰਹੇ ਹਾਂ ਵੀ ਉਹਦੇ ਵੀ ਮਰੀਦੀ ਕਰਾਂਗੇ ਤੇ ਪਹਿਲੀ ਵਾਲੀ ਰਨ ਫੇਰ ਨਾ ਮਾਰਦੇ ਤੇ ਨਹੀਂ ਨਹੀਂ ਮਾਰਦੀ ਉਹਨੂੰ ਚਲਾਣੀ ਨਹੀਂ ਆਉਂਦੀ ਗੋਲੀ ਉਹਨੂੰ ਮੋਬਾਈਲ ਚਲਾਣਾ ਨਹੀਂ ਆਉਂਦਾ ਉਹਨੇ ਗੋਲੀ ਕੀ ਮਾਰਨੀ ਹੈ ਅੱਜਾ ਫਿਰ ਸਹੀ ਹੈ ਆਹੋ ਠੀਕ ਹੈ ਲੈਲਾ ਜੀ ਹਾਂ ਅੱਜ ਬੜੇ ਚਮਕ ਤਮਕ ਰਹੇ ਅਲਹਮਦੁਲਿਲਾ ਐਸੇ ਤੇ ਨਹੀਂ ਚਮਕਦੇ ਰਹਿੰਦੇ ਆ ਤੁਸੀਂ ਇਹਦੇ ਇਹਦੇ ਚ ਕੀ ਪਾਇਆ ਇਹਦੇ ਚ ਇਮਰਾਨ ਖਾਨ ਨੂੰ ਪਾਇਆ ਇਮਰਾਨ ਖਾਨ ਕਰਦਾ ਨਮਕ ਚਾਲ ਇਹਦੇ ਵਿੱਚ ਨਹੀਂ ਤਾਂ ਬਾਹਰ ਤੇ ਕੱਢੋ ਬਣਾ ਵੇਖਣਾ ਕਿੱਡੇ ਕਿ ਦਵਾਮ ਤੰਗ ਹੋਏਗੀ ਫਾਇਦਾ ਕੀ ਹੋ ਮਾਂ ਨਹੀਂ ਤੰਗ ਹੋਏਗੀ ਜਿੰਨੀ ਕਵਾਮ ਜਿੰਨੀ ਕਵਾਮ ਤੇ ਕੱਟੀ ਹੋਈ ਹੈ ਕੁੱਟ ਦੇਗੀ ਕੁੱਟ ਦੇਗੀ ਬਾ ਠੀਕ ਅੰਦਰ ਹੀ ਠੀਕ ਹੈ ਅੱਛਾ ਮੈਨੂੰ ਇਹ ਦੱਸੋ ਬੇਗਮ ਦੇ ਦੁਪੱਟੇ ਨਾਲ ਹੱਥ ਸਾਫ਼ ਕਰਨਾ ਮੁਹੱਬਤ ਹੈ ਬਦਤਮੀਜ਼ੀ ਪਹਿਲੀ ਤਾਂ ਗੱਲ ਬੇਗਮ ਹੈ ਹੀ ਨਹੀਂ ਇਹ ਬੇਗਮ ਨਾਲ ਹੀ ਹੱਥ ਸਾਫ਼ ਕੀਤੀ ਜਾ ਰਹੀ ਕਾਹਦੇ ਤੇ ਨਹੀਂ ਆਇਆ ਬੇਗਮ ਕਿਉਂ ਨਹੀਂ ਆਇਆ ਬੇਗਮ ਹੋ ਜਾਏਗੀ ਜਦੋਂ ਅੱਲਾ ਦਾ ਹੁਕਮ ਹੋਏਗਾ ਜਿਨ੍ਹਾਂ ਦਾ ਬਿਲਕੁਲ ਉਮੀਦ ਨਹੀਂ ਨਾ ਹੁੰਦੀ ਅੱਲਾ ਦੇ ਹੁਕਮ ਕਿਉਂ ਆ ਰਹੀ ਜਾਂਦੇ ਬਸ ਜੋ ਅੱਲਾ ਨੂੰ ਮਨਜ਼ੂਰ ਜਦੋਂ ਹੋਏਗੀ ਆਪੇ ਹੀ ਹੋ ਜਾਏਗੀ ਕੋਈ ਟੈਨਸ਼ਨ ਰਿਸ਼ਤਾ ਨਹੀਂ ਰਿਸ਼ਤੇ ਬੜੇ
ਆ ਜਿਹੜਾ ਕਮਾਣ ਵਾਲੇ ਉਹਨੇ ਰਿਸ਼ਤੇ ਬੜੇ ਕੋਟ ਤੇ ਫਿਰ ਤੁਸੀਂ ਨਹੀਂ ਲੈਂਦੇ ਇਹ ਦੇਣ ਲੱਗੇ ਤੇ ਮੁੱਕਰ ਗਏ ਹਾਂ ਦੇਣ ਤੁਸੀਂ ਰਿਸ਼ਤਾ ਨਹੀਂ 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 ਉਹ ਪਿਛਲੇ ਨੇ ਜਿੰਨੇ ਕਿਹਾ ਉਹਨੇ ਦਿੱਤਾ ਉਹਨਾਂ ਨੂੰ ਪਿਛਲੇ ਯਾਨੀ ਮਹਿਸੂਸ ਹੋਈ ਕਿ ਉਹ ਕਹਿ ਰਿਹਾ ਰਿਸ਼ਤਾ ਪੇਸ਼ ਕਰ ਰਹੇ ਨਹੀਂ ਮੇਰਾ ਤੇ ਵੱਡਾ ਭਾਈ ਹੈਗਾ ਤੁਹਾਡੇ ਦੋ ਦੀ ਭੈਣ ਸਾਂਝੀ ਹਾਂਜੀ ਸਾਂਝੀ ਕੋਈ ਹਾਲ ਨਹੀਂ ਹੈ ਬੇਗਮ ਦੇ ਦੁਪੱਟੇ ਨਾਲ ਸਾਫ ਕਰਨਾ ਬਦਤਮੀਜ਼ੀ ਨਹੀਂ ਹੈ ਪਿਆਰ ਹੁੰਦਾ ਪਿਆਰ ਹੁੰਦਾ ਪਿਆਰ ਹੁੰਦਾ ਹੈ ਨਹੀਂ ਲੇਕਿਨ ਮਹਿਸੂਸ ਕਰੀਦਾ ਮਹਿਸੂਸ ਕਦੇ ਹੋਰ ਕਿਸੇ ਨੂੰ ਵੇਖਿਆ ਹੈ ਹੱਥ ਸਾਫ ਕਰ ਅਸੀਂ ਤਾਂ ਹਰ ਬੰਦੇ ਨੂੰ ਇੱਥੇ ਵੇਖਨੇ ਹੱਥ ਸਾਫ ਕਰਦੇ ਜੇ ਕਿਉਂ ਵਾਲੇ ਹੱਥ ਸਾਫ ਬੰਦਾ ਕਰ ਰੋਟੀ ਖਾਂਦੇ ਨੇ ਤੇ ਇੱਕ ਦੂਜੇ ਦੇ ਸ਼ਲਟਾਂ ਨਾਲ ਹੱਥ ਸਾਫ ਕਰਕੇ ਚਲੇ ਜਾਂਦੇ ਪੁੰਝ ਲੈਂਦੇ ਪੁੰਝ ਲੈਂਦੇ ਹਾਂ ਨਹੀਂ ਇਹ ਪੁੰਝੀ ਦੇ ਖਾ ਕੇ ਕਦੀ ਪੁੰਝ ਲਈਦੇ ਨੇ ਕਦੀ ਨਹੀਂ ਪੁੰਝੋ ਤੁਸੀਂ ਇੱਕ ਦੂਜੇ ਨਾਲ ਹੱਥ ਪੁੰਝੋ ਮੈਂ ਵੇਖਾਂਗੀ ਜਦੋਂ ਘਿਓ ਵਾਲੇ ਪੁੰਝੋਗੇ ਤੁਹਾਨੂੰ ਲਿੱਤਰੋ ਲਿੱਤਰ ਨਾ ਰਹੀ ਖਤਮ ਕਰਵਾਤੇ ਨਹੀਂ ਆਪ ਤਾਂ ਸਹਿਰ ਤੇ ਚੱਲੀ ਹੋ ਰਿਸ਼ਤੇ ਖਤਮ ਕਰਾ ਗਏ ਆ ਤੁਹਾਡੇ ਰਿਸ਼ਤੇ ਦੱਸ ਬਾਈ ਕਾਹਦੇ ਰਿਸ਼ਤੇ ਹੋ ਗਿਆ ਠੀਕ ਮੇਰਾ ਸਤਾਰ ਪਤਾ ਲੱਗਿਆ ਤੂੰ ਹਾਂ ਉਹ ਕਾੜੇ ਦਾ ਉਹ ਕਹਿੰਦਾ ਮੇਰੇ ਨਾਲ ਪਹਿਲੋ ਦੋ ਦੋ ਕੁੜੀਆਂ ਹੁੰਦੀਆਂ ਤੇ ਹੁਣ ਮੈਨੂੰ ਕੋਈ ਲੰਗੜਾ ਕਸਰਾ ਵੀ ਨਹੀਂ ਲੱਭਦਾ ਤੇ ਹੁਣ ਉਹ ਆਪ ਨਹੀਂ ਬੰਦ ਮੈਂ ਲਾਲਾ ਜੱਟੀ ਨੂੰ ਲਾਇਆ ਫਿਰ ਵਾਪਸ ਵਾਪਸ ਉਹਨੂੰ ਮੈਂ ਲਿਆਣਾ ਕਿ ਉਹਨੇ ਮੈਨੂੰ ਲਿਆਣਾ ਤੇ ਉਹਨੂੰ ਮੈਂ ਕਿਹਾ ਨਾ ਤੇ ਉਹ ਕਹਿੰਦਾ ਨਹੀਂ ਉਹਦੀ ਆਪਣੀ ਮਰਜ਼ੀ ਹੈ ਹੈਂ ਤੇ ਕੋਈ ਗੱਲ ਨਹੀਂ ਮੈਨੂੰ ਫੋਨ ਆਇਆ ਹੀ ਹੁੰਦਾ ਹੀ ਆ ਉਹਦਾ ਹੀ ਹੋਣਾ ਲਿਓ ਗੱਲ ਕਰ ਅੰਮੀ ਜੀ ਅੰਮੀ ਜੀ ਕੁਝ ਨਹੀਂ ਹੁੰਦਾ ਅੰਮੀ ਨਾਲ ਗੱਲ ਕਰ ਲੈਨੇ ਆ ਗਲਤ ਟਾਈਮ ਤੇ ਅੰਮਾ ਜੀ ਫੋਨ ਆ ਕਲਿੱਪ ਕੱਢ ਦੀ ਲਿੱਤਰ ਬੜੇ ਪੈਣੀ ਕਾਰ ਜਾ ਤੁਸੀਂ ਡਿਸਾਈਡ ਕੀਤਾ ਅੱਜ ਲਾ ਰੰਗ ਹਾਂਜੀ ਹਲੇ ਤਾਂ ਵੈਲੈਂਟਾਈਨ ਡੇ ਵੀ ਨਹੀਂ ਆਇਆ ਛੇਤੀ ਆਈਏਗਾ ਤਿਆਰੀਆਂ ਜੀ ਤਿਆਰੀਆਂ ਜੀ ਲੱਗਦਾ ਭੁੰਡੀ ਕਰਨ ਆਏ ਤਿਆਰੀਆਂ ਕਰ ਰਹੇ ਨੇ ਭੁੰਡੀ ਸਾਰੀ ਲਵਾਵ ਆ ਕਰਨ ਆਉਂਦੀ ਅਸੀਂ ਕਾਲ ਲੈਣ ਦੀ ਕੀ ਹੋਏਗਾ ਖੁਸ਼ਬੂ ਆ ਰਹੀ ਹੈ ਆਈ ਕਾਲਾ ਜਿਹਾ ਲੱਗਦਾ ਇੰਜ ਨਾਂਦਾ ਨਹੀਂ ਪਰ ਪਰਫਿਊਮ ਲਾ ਕੇ ਆਇਆ ਖੁਸ਼ਬੂ ਤੂੰ ਲਾਇਆ ਨਾਲ ਦੇ ਨੇ ਲਿਆ ਰਹੇ ਕਿ ਬਿਸਤ ਕਰ ਰਹੇ ਹੋ ਮੈਂ ਕਦੀ ਮੇਰਾ ਇੰਟਰਵਿਊ ਚ ਮੈਂ ਅੱਜ ਤੱਕ ਨਹੀਂ ਬਿਜ਼ਨ ਕੀਤਾ ਮੈਂ ਜ਼ਿੰਦਗੀ ਚ ਇੰਟਰਵਿਊ ਚ ਕਿਸੇ ਨੂੰ ਬਿਜ਼ਨ ਨਹੀਂ ਕੀਤਾ ਅਲਹਮਦੁਲਿਲਾ ਮੈਨੂੰ ਇਹ ਦੱਸੋ ਬੇਗਮ ਦੇ ਦੁਪੱਟੇ ਨਾਲ ਹੱਥ ਸਾਫ਼ ਕਰਨਾ ਬਦਤਮੀਜ਼ੀ ਹੁੰਦੀ ਮੁਹੱਬਤ ਕੀ ਜਿੰਨਾ ਘਰ ਟਿਸ਼ੂ ਨਹੀਂ ਹੁੰਦੇ ਅਸਲ ਹੀ ਕਰਦੇ ਆ ਸਾਹਿਬ ਮਤਲਬ ਗਰੀਬਾਂ ਘਰ ਹੈ ਹੀ ਮੁਹੱਬਤ ਹਾਂਜੀ ਸਾਰੀ ਉਮਰ ਪੱਲੀ ਨਾਲ ਮੂੰਹ ਸਾਫ਼ ਕਰਦੇ ਇੱਥੇ ਆ ਕੇ ਟਿਸ਼ੂ ਮੰਗ ਲੈਂਦੇ ਨੇ ਤੁਸੀਂ ਕੀ ਦੋਗੇ ਬੇਗਮ ਨੂੰ ਟਿਸ਼ੂ ਜਾਂ ਕੀ ਹਾਲੇ ਵਿਆਹ ਨਹੀਂ ਹੋਇਆ ਸੋਚ ਰਿਹਾ ਲੋ ਹੀ ਡਿਸਾਈਡ ਕਰਨ ਆਇਆ ਕੋਈ ਵਿਆਹ ਕਰਨ ਵਾਸਤੇ ਘਰ ਲੀੜਾ ਹੀ ਚੱਲੇ ਗਏ ਟਿਸ਼ੂ ਕੀ ਸਾਡੇ ਘਰ ਖੁਦਾ ਸ਼ੁਕਰ ਟਿਸ਼ੂ ਦੇ ਡੱਬੇ ਪਏ ਨੇ ਖਾਲੀ ਮੇਰੀ ਨਜ਼ਰ ਤੇ ਬੜੀ ਸ਼ਰਾਫਤ ਹੀ ਹੈਗੀ ਜਵਾਬ ਹੀ ਨੋਖਾ ਸੀ ਸ਼ਰਾਫਤ ਆ ਗਈ ਵਿੱਚ ਆਪਾਂ ਕਿਸੇ ਹੋਰ ਨੂੰ ਪੁੱਛਨੇ ਆ ਹੁਣ ਇੱਕ ਸਵਾਲ ਦਾ ਜਵਾਬ ਦੋ ਜੋ ਪੁੱਛੋ ਮੈਂ ਬੋਲਣਾ ਤੂੰ ਵੀ ਬੋਲਣਾ ਨਾਲ ਪਹਿਲੀ ਗੱਲ ਇਹ ਮੇਰਾ ਕੋਈ ਉਸਤਾਦ ਨਹੀਂ ਹੈ ਮੈਂ ਆਪ ਬੜੀ ਵੱਡੀ ਉਸਤਾਦ ਨਹੀਂ ਉਹ ਸਾਡਾ ਭਰਾ ਹੈ ਠੀਕ ਹੈ ਨਾ ਜਦੋਂ ਸਫਾਰਿਸ਼ ਕਰ ਸਫਾਰਿਸ਼ ਦੀ ਗੱਲ ਨਹੀਂ ਉਹ ਸਾਡਾ ਭਰਾ ਹੈ ਜਦੋਂ ਹੁੰਦਾ ਸਾਡੇ ਨਾਲ ਆ ਲੋ ਆਏ ਪੂਰਾ ਭਾਈ ਹੈ ਸਾਡਾ ਹੁਣ ਜੋ ਮੈਂ ਸਵਾਲ ਪੁੱਛਣਾ ਉਹ ਬੋਲਣਾ ਤੁਸਾਂ ਨਾਲ ਸਿਖਾਇਆ ਹੋਇਆ ਹੀ ਹਾਂ ਉਹ ਆਇਆ ਤੇ ਮੈਂ ਬਹਿ ਗਈ ਬੋਲ ਕੀ ਉਹ ਆਇਆ ਤੇ ਮੈਂ ਬਹਿ ਗਈ ਉਹ ਆਇਆ ਤੇ ਮੈਂ ਬਹਿ ਗਈ ਉਹਨੇ ਪਾਇਆ ਤੇ ਮੈਂ ਸਹਿ ਗਈ ਓ ਨੋ ਬੋਲ ਮੈਨੂੰ ਹੁਣ ਕੀ ਪਤਾ ਜਵਾਬ ਦੇ ਹੋ ਨਾ ਬੋਲ ਫਿਰ ਜਵਾਬ ਮੈਂ ਕਿਉਂ ਬੋਲਾਂ ਸਵਾਲ ਤੂੰ ਪੁੱਛ ਰਿਹਾ ਤੂੰ ਬੋਲ ਮੈਂ ਬੋਲੀ ਤੇ ਮੈਂ ਭੌਂਕਣਾ ਹੀ ਕੁੱਤੇ ਵਾਂਗੂ ਮੈਂ ਕੱਢ ਵੀ ਲੈਣੀ ਨਹੀਂ ਨਹੀਂ ਨਾਲ ਬੋਲਾਂਗੀ ਤੇ ਫੇਰ ਐਵੇਂ ਨਹੀਂ ਸਵਾਲ ਦਾ ਜਵਾਬ ਦੇਣਾ ਮੇਰੇ ਨਾਲ ਬੋਲ ਉਹ ਆਇਆ ਤੇ ਮੈਂ ਬਹਿ ਗਈ ਬੋਲ ਬੋਲ ਨਹੀਂ ਫਿਰ ਬਸ ਇਹ ਤੈਨੂੰ ਨਹੀਂ ਦੱਸਿਆ ਸੁੱਕਾ ਪਾਵਾਂ ਤੇ ਗਿੱਲਾ ਕੱਢਾਂ ਨਹੀਂ ਨਹੀਂ
ਨਹੀਂ ਫਿਰ ਬਸ ਖਤਮ ਤੂੰ ਮੇਰੇ ਨਾਲ ਬੋਲੇਂਗੀ ਤੇ ਫਿਰ ਰੋਣ ਲੱਗੀ ਆਈ ਓਏ ਤੂੰ ਬੋਲ ਤੈਨੂੰ ਮਜ਼ਾ ਆਏਗਾ ਸਵਾਲ ਪੁੱਛਣ ਦਾ ਇਸ ਤੋਂ ਵੱਧ ਗੱਲ तेरे वर्गी शह आए तो बंदा बह ही जांदा है ना बह ही जांदे अच्छा हुण मैं सवाल दसना इहदा जवाब दे दे ओ आया तो मैं बह गई उन्हें पाया तो मैं सह गई वो पा के तुर गया तो मैं हाथ ला ला वेखा तो खुश भी हो जवाब दे जो चूड़ियां बहन जो चूड़ नहीं जो चूड़ियां आंदा तो फिर बहन होना फिर जो पाँदा चूड़िया जवाब है दुपट्टे साफ करना बदतमीजी या प्यार है न्याणे नी न्याणे हां दो बच्चे ने मेरे ते मगर ही लाए डाउनलोड कीते दो बेटे ने मेरे माशाल्लाह माशाल्लाह हां ओ भी देखन गए खाला नु मुबारक होए खैर मुबारक फिर साली जी लगे ना भैन के नहीं भैन की पागल हो गए जा भरावा अल्लाह पता करे तेरा उम्मीद है नाज़रीन तुहानू अज दा शो बहुत ही वधिया लग्या होएगा ते अज दा सवाल मैं अपने फैन दे कहन ते पुछिया सी अगर तुसी भी कोई सवाल कहंदे हो मैनू ते मैं इंशाल्लाह जरूर पुछांगी ते तुसी कमेंट च मैनू दसना या इंस्टा ते मैसेज कर देना ते अल्लाह हाफिज़।